ਹਾਂਜੀ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਆਰ ਸੀ ਗੁਰਪ੍ਰੀਤ ਆ ਬਈ ਬਹੁਤ ਹੀ ਚੰਗੀ ਭਲੀ ਹੈ ਜੇਕਰ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਵੀ ਕੀ ਹਾਲ ਚਾਲ ਨੇ ਮੇਰੇ ਮੈਂ ਵੀ ਬਹੁਤ ਚੰਗੀ ਭਲੀ ਆ ਤੇ ਤੁਸੀਂ ਵੀ ਚੰਗੇ ਭਲੇ ਹੋਣੇ ਚਾਹੀਦੇ ਹੋ ਇਹੋ ਜੀ ਮੈਂ ਉਮੀਦ ਵੀ ਕਰਦੀ ਆ ਤੇ ਦੋਸਤੋ ਇਸ ਦੇ ਨਾਲ ਹੀ ਤੁਹਾਡਾ ਜੀਆਂ ਨੂੰ ਕਰ ਲੈਨੇ ਅਜੀ ਪ੍ਰੋਗਰਾਮ ਸਾਂਝੀ ਗੱਪਸ਼ਪ ਦੇ ਵਿੱਚ ਜਿੱਥੇ ਢੇਰ ਸਾਰੀਆਂ ਗੱਲਾਂ ਬਾਤਾਂ ਲੈ ਕੇ ਆਰ ਸੀ ਗੁਰਪ੍ਰੀਤ ਇੱਕ ਵਾਰੀ ਫੇਰ ਤੋਂ ਹਾਜ਼ਰ ਹੈ ਦੋਸਤੋ ਜਿਵੇਂ ਕਿ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਕਿ ਸਾਂਝੀ ਗੱਪਸ਼ਪ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਪਾਰਟਿਕੂਲਰ ਕੁਐਸਚਨ ਦੇ ਉੱਤੇ ਗੱਲ ਕਰਦੇ ਆ ਪਾਰਟਿਕੂਲਰ ਟੌਪਿਕ ਦੇ ਉੱਤੇ ਗੱਲ ਕਰਨੇ ਆ ਜਿਵੇਂ ਰੋਜ਼ ਆਪਾਂ ਕਰਦੇ ਆ ਜਿਵੇਂ ਆਪਾਂ ਪਾਸਟ ਪ੍ਰੈਜ਼ੈਂਟ ਫਿਊਚਰ ਟੈਂਸ ਦੀ ਗੱਲ ਕੀਤੀ ਝੂਠ ਨਹੀਂ ਬੋਲਣਾ ਚਾਹੀਦਾ ਉਸ ਦੇ ਬਾਰੇ ਗੱਲ ਕੀਤੀ ਇਮਾਨਦਾਰੀ ਤੇ ਬੇਈਮਾਨੀ ਬਾਰੇ ਗੱਲ ਕੀਤੀ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਇਸ ਬਾਰੇ ਗੱਲ ਕੀਤੀ ਤੇ ਅੱਜ ਵੀ ਮੈਂ ਅਜਿਹੀ ਗੱਲ ਤੁਹਾਡੇ ਸਾਰਿਆਂ ਲਈ ਲੈ ਕੇ ਆਈ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜੇਕਰ ਅਸੀਂ ਕਿਸੇ ਨੂੰ ਥੈਂਕਸ ਕਹਿ ਦਈਏ ਜਾਂ ਫਿਰ ਅਸੀਂ ਕਿਸੇ ਨੂੰ ਸੌਰੀ ਕਹਿ ਦਈਏ ਭਾਵੇਂ ਉਹਦੇ ਵਿੱਚ ਸਾਡੀ ਗਲਤੀ ਨਾ ਵੀ ਹੋਵੇ ਤਾਂ ਫਿਰ ਕੀ ਆਪਾਂ ਕੱਸ ਜਾਵਾਂਗੇ ਯਾਨੀ ਕਿ ਆਪਾਂ ਛੋਟੇ ਹੋ ਜਾਵਾਂਗੇ ਕਿਉਂਕਿ ਬਹੁਤ ਵਾਰੀ ਅਜਿਹਾ ਹੁੰਦਾ ਜਦੋਂ ਆਪਾਂ ਇਹ ਕਹਿੰਦੇ ਹਾਂ ਨਹੀਂ ਨਹੀਂ ਉਹ ਤਾਂ ਉਹਦੀ ਗਲਤੀ ਸੀ ਮੈਂ ਕਿਉਂ ਸੌਰੀ ਮੰਗਾ ਇਸ ਗੱਲ ਦੀ ਉਹ ਮੰਗੇਗਾ ਮੈਂ ਕਿਉਂ ਮੰਗਾ ਮੈਂ ਨਹੀਂ ਮੈਂ ਤਾਂ ਆਪਣੀ ਅੜੀ ਤੇ ਅੜੀ ਹੋਈ ਹਾਂ ਮੈਂ ਨਹੀਂ ਇਸ ਗੱਲ ਤੋਂ ਪਰੇ ਹਟਣਾ ਵੀ ਉਹਦੀ ਗਲਤੀ ਆ ਉਹਨੇ ਮੈਨੂੰ ਇਦਾਂ ਕਿਹਾ ਤੇ ਉਹੀ ਸੌਰੀ ਮੰਗੀ ਮੈਂ ਨਹੀਂ ਪਹਿਲ ਕਰਨੀ ਮਤਲਬ ਇਸ ਗੱਲ ਤੇ ਆਪਾਂ ਅੜ ਜਾਂਦੇ ਆ ਪਰ ਜੇਕਰ ਜਦੋਂ ਆਪਾਂ ਵੇਖਨੇ ਆ ਕਿ ਆਪਾਂ ਪਹਿਲ ਕਰਕੇ ਉਸ ਨੂੰ ਸੌਰੀ ਕਹਿ ਦਿੱਤੀ ਤੇ ਫਿਰ ਉਸ ਬੰਦੇ ਨੂੰ ਮਤਲਬ ਇੰਨਾ ਜ਼ਿਆਦਾ ਰਿਅਲਾਈਜ਼ ਹੁੰਦਾ ਹੈ ਕਿ ਇਸ ਬੰਦੇ ਨੇ ਆਪਣੇ ਆਪ ਹੀ ਮੈਨੂੰ ਆ ਕੇ ਸੌਰੀ ਕਹਿ ਦਿੱਤੀ ਹੈ ਤੇ ਸ਼ਾਇਦ ਹੁਣ ਮੈਨੂੰ ਵੀ ਆਪਣੀ ਗਲਤੀ ਰਿਅਲਾਈਜ਼ ਕਰ ਲੈਣੀ ਚਾਹੀਦੀ ਤੇ ਅਗਲੀ ਵਾਰੀ ਲਈ ਵੀ ਉਹ ਫਿਰ ਪੂਰਾ ਤਿਆਰ ਹੋ ਜਾਂਦਾ ਹੈ ਇਹ ਲੈਸਨ ਸਿੱਖ ਲੈਂਦਾ ਹੈ ਕਿ ਬਈ ਆਪਣੇ ਆਪ ਪਹਿਲ ਜੇਕਰ ਆਪਾਂ ਕਰ ਦਈਏ ਤਾਂ ਆਪਾਂ ਛੋਟੇ ਨਹੀਂ ਹੁੰਦੇ ਇਸੇ ਕਰਕੇ ਸ਼ੁਰੂਆਤ ਸਾਨੂੰ ਖੁਦ ਤੋਂ ਕਰ ਲੈਣੀ ਚਾਹੀਦੀ ਤੇ ਜਦੋਂ ਅਸੀਂ ਸ਼ੁਰੂਆਤ ਕਰਾਂਗੇ ਫਿਰ ਲੋਕੀ ਆਪਣੇ ਆਪ ਕਰ ਲੈਣਗੇ ਵੈਸੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜੇਕਰ ਆਪਾਂ ਸੌਰੀ ਜਾਂ ਥੈਂਕਸ ਕਹੀਏ ਤਾਂ ਫਿਰ ਆਪਾਂ ਕੀ ਛੋਟੇ ਹੋ ਜਾਵਾਂਗੇ ਤੁਹਾਨੂੰ ਇਸ ਦੇ ਰਿਲੇਟਡ ਇੱਕ ਕਿੱਸਾ ਦੱਸਣਾ ਚਾਹੁੰਦੀ ਹਾਂ ਇੱਕ ਵਾਰੀ ਕੀ ਹੋਇਆ ਇੱਕ ਅੰਕਲ ਜਾ ਰਹੇ ਸੀ ਬਾਈਕ ਲੈ ਕੇ ਤੇ ਉਹਨਾਂ ਦੀ ਨਾ ਬਾਈਕ ਦਾ ਸਟੈਂਡ ਉੱਪਰ ਨਹੀਂ ਸੀ ਤੇ ਪਿੱਛੋਂ ਕਿਸੇ ਬੱਚੇ ਨੇ ਆਵਾਜ਼ ਮਾਰ ਕੇ ਕਹਿਤਾ ਉਹ ਤੁਰਨ ਹੀ ਲੱਗੇ ਸੀ ਤੇ ਉਸ ਬੱਚੇ ਨੇ ਕਿਹਾ ਕਿ ਅੰਕਲ ਅੰਕਲ ਰੁਕੋ ਰੁਕੋ ਤੁਸੀਂ ਨਾ ਆਪਣੀ ਬਾਈਕ ਦਾ ਸਟੈਂਡ ਨਹੀਂ ਚੁੱਕਿਆ ਤੇ ਫਿਰ ਅੰਕਲ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਫਟਾਫਟ ਬਾਈਕ ਦਾ ਸਟੈਂਡ ਉੱਪਰ ਕੀਤਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਬੜੇ ਹੀ ਪਿਆਰ ਨਾਲ ਨਾ ਉਸ ਬੱਚੇ ਨੂੰ ਮੁੜ ਕੇ ਜਵਾਬ ਦਿੱਤਾ ਥੈਂਕ ਯੂ ਬੇਟਾ ਤੇ ਮਤਲਬ ਉਸ ਥੈਂਕ ਯੂ ਦੇ ਨਾਲ ਉਸ ਬੱਚੇ ਦੇ ਚਿਹਰੇ ਤੇ ਵੀ ਸਮਾਈਲ ਆ ਗਈ ਤੇ ਨੈਕਸਟ ਟਾਈਮ ਵੀ ਜੇਕਰ ਇਹੋ ਜਿਹੀ ਸਿਚੁਏਸ਼ਨ ਉਸ ਦੇ ਸਾਹਮਣੇ ਆਏਗੀ ਤਾਂ ਭੱਜ ਕੇ ਦੂਸਰੇ ਦੀ ਹੈਲਪ ਕਰਨ ਲਈ ਭੱਜੇਗਾ ਤੇ ਇਸੇ ਕਰਕੇ ਬਈ ਜੇਕਰ ਆਪਾਂ ਥੋੜਾ ਜਿਹਾ ਕਿਸੇ ਨੂੰ ਥੈਂਕਸ ਕਹਿ ਦਈਏ ਆਪਾਂ ਆਪਣੇ ਵੱਲੋਂ ਸ਼ੁਰੂਆਤ ਕਰਕੇ ਕਿਸੇ ਨੂੰ ਸੌਰੀ ਕਹਿ ਦਈਏ ਨਾ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਦੋਸਤੋ ਆਪਣੇ ਵਿਚਾਰ ਸਾਂਝਾ ਕਰੋ ਕਮੈਂਟ ਸੈਕਸ਼ਨ ਤੇ ਕਮੈਂਟ ਕਰਕੇ ਮੈਂ ਤੁਹਾਨੂੰ ਮਿਲਾਂਗੀ ਫਿਰ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਖਾਸ ਗੱਲਾਂ ਬਾਤਾਂ ਦੇ ਨਾਲ ਉਦੋਂ ਤੱਕ ਤੁਸੀਂ ਸੁਣਦੇ ਰਹੋ ਯਾਨੀ ਕਿ ਦੇਖਦੇ ਰਹੋ ਯੈਸ ਟੀਵੀ ਤੇ ਸਾਰੀਆਂ ਚਟਪਟੀਆਂ ਗੱਲਾਂ ਦੇ ਨਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।